25 ਮੰਨ ਦੀ ਉਸਤਾਂ ਜਊਂਗੀ ਨਰਮ 18 17 ਮਾਰਕ ਲਈ ਚੁੱਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਲਾਦ ਬਰਾੜ ਅੱਜ ਤੁਹਾਨੂੰ ਨਰਮੇ ਦੀ ਫਸਲ ਵਿਖਾਉਣੀ ਹੈ ਨਰਮੇ ਦੀ ਫਸਲ ਇਸ ਕਰਕੇ ਵਿਖਾਉਣੀ ਹੈ ਕਿਉਂਕਿ ਪੰਜਾਬ ਚ ਆਪਾਂ ਇਹ ਸੋਚਦੇ ਆ ਕਿ ਨਰਮਾ ਯਾਰ ਜੂਏ ਵਾਲੀ ਖੇਤੀ ਆ ਪਤਾ ਨਹੀਂ ਹੋਵੇ ਕਿ ਨਾ ਹੋਵੇ ਗੱਲ ਵੀ ਸਹੀ ਆ ਕਿਉਂਕਿ ਸਰਕਾਰਾਂ ਇਸ ਵੱਲ ਬੀਆਂ ਸਪ੍ਰੇਆਂ ਵੱਲ ਧਿਆਨ ਨਹੀਂ ਦਿੰਦੀਆਂ ਮਾੜੇ ਆਉਂਦੇ ਆ ਪਰ ਜੇਕਰ ਕਿਸਾਨ ਮਿਹਨਤੀ ਹੋਵੇ ਤੇ ਸਤਿਗੁਰੂ ਬਾਹ ਫੜ ਲੇ ਤਾਂ ਜਰੂਰ ਕੁਝ ਨਾ ਕੁਝ ਹਾਸਲ ਹੋ ਜਾਂਦਾ ਹੈ ਮੇਰੇ ਪਿੰਡ ਭੁੰਦੜ ਵਿਖੇ ਆ ਨਰਮੇ ਦੀ ਖੇਤੀ ਤੁਹਾਨੂੰ ਵਿਖਾਉਣੀ ਆ ਕਿਸਾਨ 17 18 ਕਿੱਲੇ ਨਰਮਾ ਵੇਚਦਾ ਹੈ ਬਹੁਤ ਸੋਹਣੀ ਫਸਲਾ ਦੇਖ ਕੇ ਰੂਹ ਖੁਸ਼ ਹੁੰਦੀ ਹੈ ਪੰਜਾਬ ਦੇ ਮਿਹਨਤੀ ਕਿਸਾਨਾਂ ਦੀਆਂ ਮਿਸਾਲਾਂ ਕੋਈ ਇੱਕ ਦੋ ਚਾਰ ਨਹੀਂ ਇਤਿਹਾਸ ਦੇ ਪੰਨੇ ਭਰੇ ਪਏ ਆ ਅੱਜ ਦੇ ਜਮਾਨੇ 'ਚ ਵੀ ਵੇਖੀਏ ਤਾਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ 'ਚ ਅੰਜੀਰਾ ਹੋਣ ਲਾਤੀਆਂ ਡ੍ਰੈਗਨ ਫਰੂਟ ਹੋਣ ਲਾਤੇ ਸਟਰਾਬੇਰੀਆਂ ਹੁਣ ਲਾਤੀਆਂ ਇਸੇ ਤਰ੍ਹਾਂ ਦੇ ਇੱਕ ਮਿਹਨਤੀ ਕਿਸਾਨ ਨਾਲ ਅੱਜ ਤੁਹਾਨੂੰ ਮਿਲਾਉਣਾ ਹੈ ਤੇ ਇਸ ਕਿਸਾਨ ਨੂੰ ਵੀ ਲੋਕ ਆਦੇ ਸੀ ਵੀ ਨਰਮਾਂ ਤੋਂ ਬਾਅਦ ਇਹ ਪਰ ਇਹਨੇ ਹੌਂਸਲਾ ਰੱਖਿਆ ਤੇ ਇੱਕ ਆਪਦਾ ਈਮਾਨ ਵੀ ਨਹੀਂ ਡੇਗਿਆ ਕਿਉਂਕਿ ਆਪਾਂ 2-4000 ਮੁਆਵਜ਼ਾ ਲੈਣ ਪਿੱਛੇ ਕਈ ਵਾਰੀ ਕਾਲੀ ਚ ਪਏ ਜਾਂਦੇ ਆ ਮੁਆਵਜ਼ੇ ਸਰਕਾਰਾਂ ਦਿੰਦੀਆਂ ਨਹੀਂ ਜੇ ਮੁਆਵਜ਼ੇ ਦੇਣੇ ਹੁਣ ਬੀਚ ਅਜ ਦੇ ਦੇ ਦੇਣ ਤੇ ਪਰ ਜੇ ਕਾਲਾ ਸਿੰਗਰ ਕੇ ਕਿਸਾਨ ਨੂੰ ਚੰਗਾ ਬੀ ਚੰਗੀ ਸਪਰੇ ਮਿਲੇ ਤਾਂ ਮੇਰੇ ਹਿਸਾਬ ਨਾਲ ਨਰਮਾ ਵੀ 40 45 50 ਮਣ ਚੜ ਸਕਦਾ ਕੋਈ ਇਹ ਝੂਠ ਵਾਲੀ ਜਾਂ ਕੋਈ ਗੱਪ ਵਾਲੀ ਗੱਲ ਨਹੀਂ ਸੋ ਬਹੁਤ ਵਧੀਆ ਫਸਲਾ ਏ ਇਸ ਕਿਸਾਨ ਦਾ ਆਪਾਂ ਨੂੰ ਹੌਸਲਾ ਵੀ ਵਧਾਉਣਾ ਚਾਹੀਦਾ ਹੈ ਤੇ ਸਤਿਗੁਰੂ ਵੀ ਅੱਗੇ ਵੀ ਅਰਦਾਸ ਆ ਕਿ ਸੱਚੇ ਪਾਤਸ਼ਾਹ ਇਹੋ ਜੇ ਮਿਹਨਤੀ ਬੰਦਿਆਂ ਦੀਆਂ ਝੋਲੀਆਂ ਜ਼ਰੂਰ ਭਰਿਆ ਕਰੋ ਤਾਂ ਜੋ ਹਰੇਕ ਬੰਦਾ ਇਹੋ ਜੇ ਕਿਸਾਨਾਂ ਨੂੰ ਵੇਖ ਕੇ ਚੰਗੀ ਸੇਧ ਲੈ ਸਕੇ ਆਓ ਭਾਈ ਨਾਲ ਗੱਲ ਕਰਦੇ ਆਂ ਕਾਲਾ ਸਿੰਘ ਜੀ ਪਿੰਡ ਭੁੰਦਰ ਜ਼ਿਲ੍ਹਾ ਮੁਕਸਰ ਸਾਡੇ ਕੋਲ ਜੀ 17 18 ਕਿੱਲੇ ਨਰਮਾ ਹੈ ਅਸੀਂ ਆਇਸ ਵਾਲੀ ਨਰਮੇ ਦੀ ਖੇਤੀ ਕਰਦੇ ਆਂ ਚੰਗੀ ਮਿਹਨਤ ਕਰਦੇ ਆਂ ਆਇਸ ਵਾਲੀ 24 25 ਮਨ ਦੀ ਔਸਤ ਦਿੰਦਾ ਹੈ ਕਿ ਥੋੜਾ ਜਿਹਾ ਵੀ ਮੀਂਹ ਆ ਨਾ ਕਰਕੇ ਖਰਾਬ ਹੋ ਗਾ ਲੋਕਾਂ ਦੇ ਸੀ ਵਾਦਿਓ ਪਰ ਅਸੀਂ ਰੇ ਸਪਰੇ ਕਰੀ ਗਏ ਤੇ ਅੱਜ ਸਾਡਾ ਨਰਮਾ ਕੋਈ ਆ ਕੇ ਵੇਖ ਸਕਦਾ ਹੈ 25 ਮਨ ਦੀ ਔਸਤ ਤਾਂ ਹੀ ਜਾਊਗੀ ਨਰਮਾ 18 17 ਮਨ ਕਿੱਲੇ ਦਾ ਝੁਗੀ ਜਨੇ 20 ਕਿਹੜਾ ਬਾਈ 773 ਜੀ ਇੱਕ ਵੀ ਆ ਮੈਂ 926 ਰਲੇ ਠੀਕ ਆ ਭਾਈ ਜੇ ਕੋਈ ਤੇਰੇ ਨਾਲ ਗੱਲ ਕਰਨੀ ਚਾਹਵੇ ਆ ਉਹਦਾ ਮੋਬਾਈਲ ਨੰਬਰ ਬੋਲ ਦੇ ਕਿੰਨਾ 8473 ਜੀ 29153 ਕੋਈ ਵੀ ਫੋਨ ਕਰ ਸਕਦਾ ਹਾਂ ਠੀਕ ਹੈ ਜੀ ਧੰਨਵਾਦ 773 ਤੇ 926 ਇਹ ਵੀ ਸਜਣੋ ਲਿਖ ਕੇ ਰੱਖ ਲਓ ਗਾਣੋ ਇਹ ਵੀ ਵੀ ਜਿਓ ਜੇ ਤੇ ਇਹਨਾਂ 773 ਤੇ 926 ਬੀ ਬਣਾਉਣ ਵਾਲੇ ਘਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅੱਜ ਐਸ ਸੀਜ਼ਨ ਦਾ ਮੈਨੂੰ ਲੱਗਦਾ ਸਭ ਤੋਂ ਕਾਮਯਾਬ ਬੀਜ ਹੈ ਇਹ ਇਸ ਬੀਜ ਨੂੰ ਅਜੇ ਤੱਕ ਕੋਈ ਬਿਮਾਰੀ ਨਹੀਂ ਕੋਈ ਨਰਮੇ ਦਾ ਚਿਹਰਾ ਉਦਾਸ ਨਹੀਂ ਹਰੇਕ ਬੂਟੇ ਦੇ ਨਾਲ 50-50 ਟਿੰਡੇ ਖੜੇ ਵੀਡੀਓ ਵੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਮੇਰਾ ਚੈਨਲ ਪ੍ਰਲਾਦ ਬਰਾੜ ਭੁੰਦੜ YouTube ਤੇ ਸਬਸਕ੍ਰਾਈਬ ਕਰ ਦਿਓ ਤੇ ਪੇਜ ਪ੍ਰਲਾਦ ਬਰਾੜ ਭੁੰਦੜ ਜ਼ਰੂਰ ਲਾਈਕ ਕਰੋ ਬਹੁਤ-ਬਹੁਤ ਧੰਨਵਾਦ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ